खालसा एक, जिथे भी कि आफत आई है, जिथे भी कि नैशनल कैलमिटी आई है, ट्रबल आई है, उत्थे खालसा एड जिहड़ी है हमेशा अगे वध चढ़ के मदद लई पहुंची हैगी है। और खालसा एड दे रवि सिंह खालसा जिहड़े कि लगातार सीरिया तो लैके और होर दुनिया दे कोने कोने दे विच उन्होंने मदद पहुंचाउण दे विच एक अहम भूमिका अदा की है। अज जो वड्डी खबर आ रही है वह खालसा एड दे पटियाला वाले ऑफिस तो आ रही है, जिथे कि नैशनल इन्वेस्टिगेशन एजेंसी NIA उन्हां द्वारा तकरीबन 5 घंटे के आसपास खालसा एड दे पटियाला ऑफिस दे विच जिहड़ी है इन्वेस्टिगेशन की गई है। इत्थे दस दईए कि अमरप्रीत सिंह जिहड़े कि खालसा एड नूं लीड करदे ने उत्थे इंडिया दे विच, उन्हां दे घर दे विच ये सवाल जवाब होए ने। ना सिर्फ अमरप्रीत सिंह उन्हां तों इन्वेस्टिगेशन की गई है बल्कि उस तों इलावा उन्हां दे परिवारिक मैंबरां तों भी पुछगिछ की गई है। इस तों बाद असीं दस दईए कि खालसा एड दे जिहड़े स्पोक्सपर्सन ने उन्हां ने दस्सिया है कि अमरप्रीत सिंह भी जल्दी ही मीडिया दे नाल गल करनगे। फिलहाल क्योंकि इन्वेस्टिगेशन तो बाद वो हजे नहीं गल करना चाहते, थोड़ी देर बाद गल करेंगे। किसी भी नाल नहीं लैके गए, कोई फाइल कोई फोन वगैरह भी नाल नहीं लैके गए, सिर्फ उन्होंने इन्वेस्टिगेशन ही जारी है इस मामले की है। वाहेगुरु जी का खालसा वाहेगुरू जी की फतेह जी। असं अज इतने खालसा एड के ऑफिस खड़े हैं जी इंडिया के पंजाब के, मेरा नाम गुरप्रीत सिंह है जी, खालसा एड का वॉलंटियर है जी। इतने अज जिवें तुहानू पता ही पंजाब विच निरंतर सेवावां खालसा एड वल्लों चल रही ने जी, दिन रात एक करके साडे सेवादार साडे वॉलंटियर सेवावां निभा रहे हैं। तो उदा ही अमरप्रीत सिंह साडे जिहड़े मैनेजिंग डायरैक्टर ने इत्थे मुखी ने खालसा एड इंडिया के, उन्होंने अज घर के जिहड़ी है NIA वल्लों इन्वेस्टिगेशन की गई है जी। NIA दी टीम जिहड़ी सी ओह दिल्ली तों पहुंची, नाल प्रोटोकॉल दे नाल उन्होंने नाल पंजाब पुलिस जिहड़ी सी ओह शामिल सी जी। ਅਤੇ ਉਹ ਤਕਰੀਬਨ ਸਵੇਰੇ 5 ਵਜੇ ਤੋਂ ਲੈ ਕੇ 10:30 ਵਜੇ ਤੱਕ ਇਹ ਚੱਲੀ ਹੈ ਜੀ। ਅਤੇ ਮੀਨਵਾਈਲ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਜਦੋਂ ਪਹੁੰਚੇ ਤਾਂ ਉਹ ਖਾਲਸਾ ਐਡ ਆਫਿਸ ਵੀ ਵਿਜ਼ਿਟ ਕੀਤੀ ਉਹਨਾਂ ਨੇ, ਖਾਲਸਾ ਐਡ ਆਫਿਸ ਵੀ ਵਿਜ਼ਿਟ ਕਰਕੇ ਗਏ। ਅਤੇ ਉਸ ਤੋਂ ਬਾਅਦ ਉਹਦਾ ਰੀਜ਼ਨ ਕੀ ਸੀਗਾ, ਉਹਨਾਂ ਦਾ ਕੀ ਪ੍ਰੋਟੋਕਾਲ ਸੀ, ਕੀ ਇਨਵੈਸਟੀਗੇਸ਼ਨ ਦੇ ਕਾਰਨ ਸੀ, ਕਿਉਂਕਿ ਜੋ ਖਾਲਸਾ ਨਿਰੰਤਰ ਸੇਵਾਵਾਂ ਨਿਭਾ ਰਹੀ ਹੈ ਉਹਦੇ ਚੱਲਦਿਆਂ ਤਾਂ ਇਸ ਨੂੰ ਕੁਛ ਕਿਹਾ ਨਹੀਂ ਜਾ ਸਕਦਾ, ਬਟ ਕੀ ਕਾਰਨ ਨੇ ਉਹਦੇ ਬਾਰੇ ਅਮਰਪ੍ਰੀਤ ਸਿੰਘ ਜੀ ਜਿਹੜੇ ਨੇ ਜਿਹਨਾਂ ਤੋਂ ਇਨਵੈਸਟੀਗੇਸ਼ਨ ਹੋਈ ਹੈ ਸਾਰੇ ਪਰਿਵਾਰ ਤੋਂ, ਉਹ ਇਹਦੇ ਬਾਰੇ ਅੱਗੇ ਬਿਆਨ ਦੇਣਗੇ ਜੀ। ਚੱਲਦੇ ਹੋਏ ਜੋ ਚੱਲਦੇ ਸਮੇਂ ਅੱਗੇ ਬਿਆਨ ਆਉਣਗੇ ਉਹ ਇਸ ਵੇਲੇ ਉਹਨਾਂ ਦੀ ਜੋ ਸਟੇਟ ਆਫ ਮਾਇੰਡ ਉਹ ਨਹੀਂ ਦੇ ਸਕਦੇ ਜੀ, ਕਿਉਂਕਿ ਸਵੇਰੇ 5 ਵਜੇ ਤੋਂ ਲੈ ਕੇ 10:30 ਵਜੇ ਤੱਕ ਇਨਵੈਸਟੀਗੇਸ਼ਨ ਚੱਲੀ ਹੈ। ਥੋੜ੍ਹੀ ਦੇਰ ਤੱਕ ਹੋਰ ਜੋ ਵੀ ਇਨਫੋਰਮੇਸ਼ਨ ਹੋਊਗੀ ਸੰਗਤ ਨਾਲ ਸਾਂਝੀ ਕੀਤੀ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਟਰਕੀ ਦੇ ਵਿੱਚ ਆਏ ਸੀਗੇ ਸੇਵਾ ਕਰਨ, ਅਤੇ ਇੱਥੇ ਸਾਨੂੰ ਪਤਾ ਲੱਗਾ ਸਵੇਰੇ ਅਰਲੀ ਭਾਈ NIA ਨੇ ਪਹਿਲਾਂ ਛਾਪਾ ਮਾਰਿਆ ਭਾਈ ਅਮਰ ਸਿੰਘ ਦੇ ਅਮਰਪ੍ਰੀਤ ਸਿੰਘ ਦੇ ਘਰ, ਜਿਹੜੇ ਸਾਡੇ ਏਸ਼ੀਆ ਪੈਸਿਫਿਕ ਦੇ ਡਾਇਰੈਕਟਰ ਆ, ਸਾਰਾ ਕੰਟਰੋਲ ਸਾਰਾ ਪੰਜਾਬ ਦੇ ਜਿਹੜੇ ਪ੍ਰੋਜੈਕਟ ਚੱਲਦੇ ਆ ਰਨ ਕਰਦੇ ਮੈਨੇਜ ਕਰਦੇ ਆ, ਅਤੇ ਪਟਿਆਲੇ ਵੀ ਫੋਲ ਫਾਲੀ ਹੋਈ ਆ ਆਫਿਸ ਦੇ ਵਿੱਚ। ਅਤੇ ਇਹਦੇ ਵਿੱਚ ਜਿਹੜੇ NIA ਅਤੇ ਦੂਜੀਆਂ ਏਜੰਸੀਆਂ ਜਿਹੜੀਆਂ ਆਈਆਂ, ਅਤੇ ਮੈਨੂੰ ਸਮਝ ਨਹੀਂ ਆਉਂਦੀ, ਇੱਕ ਪਾਸੇ ਕਹਿੰਦੇ ਵੀ ਤੁਹਾਡਾ ਅਸੀਂ ਸਾਰਾ ਤੁਹਾਡਾ ਪੇਪਰ ਚੈੱਕ ਕਰਨਾ, ਤੁਹਾਡਾ ਕੀ ਤੁਹਾਡਾ ਜਿੱਦਾਂ ਪੇਪਰ ਵਰਕ ਆ, ਤੁਹਾਡੀਆਂ ਜੋ ਤੁਸੀਂ ਦਿਨ ਦਿਹਾੜੀ ਕੰਮ ਕਰਦੇ ਹੋ ਉਸ ਤਰ੍ਹਾਂ ਅਸੀਂ ਚੈੱਕ ਕਰਨਾ। ਦੂਜੇ ਪਾਸੇ ਸਾਡੇ ਅਮਰਪ੍ਰੀਤ ਹੋਣਾ ਦੇ ਘਰ ਜਾ ਕੇ ਇਕੱਲੇ ਇਕੱਲੇ ਕਮਰੇ ਤਲਾਸ਼ੀ ਕੀਤੀ ਗਈ, ਪਰਿਵਾਰਾਂ ਨੂੰ ਬਹੁਤ ਤੰਗ ਕੀਤਾ ਗਿਆ ਸਵੇਰੇ ਸਵੇਰੇ, ਤੁਸੀਂ ਆਪੇ ਹੀ ਸੋਚੋ। ਅਤੇ ਸਵੇਰੇ 5 ਵਜੇ ਤੁਹਾਡੇ ਕੋਈ ਗੇਟ ਖੜਕਾਉਣ, ਅਤੇ 10-15 ਆਫਿਸਰ ਹੋਣ, ਪੁਲਿਸ ਹੋਣ ਪੰਜਾਬ ਦੇ ਦਿੱਲੀ ਵਾਲੇ ਵੀ, ਅਤੇ ਆ ਕੇ ਤੁਹਾਡੇ ਘਰ ਤੁਹਾਨੂੰ ਜਗਾ ਕੇ ਕਹਿੰਦੇ ਚਲੋ ਤੁਹਾਡੇ ਕਮਰੇ ਇਕੱਲੇ ਇਕੱਲੇ ਕਮਰੇ 'ਚ ਇਕੱਲੇ ਇਕੱਲੇ ਬੈਠੋ, ਇਕੱਲੇ ਇਕੱਲੇ ਨਾਲ ਗੱਲ ਕਰਨੀ ਆ। ਫਿਰ ਸਾਰਾ ਫੋਲ ਫਾਲੀ ਕਰਕੇ ਸਾਰਾ ਉਲਟ ਪੁਲਟ ਕਰਕੇ ਸਮਾਨ ਕੱਪੜਾ ਸਾਰਾ ਕੁਛ ਕਮਰਿਆਂ ਵਿੱਚ, ਫਿਰ ਪਟਿਆਲੇ ਆਫਿਸ ਚੱਲ ਗਏ ਚੈੱਕ ਕਰਨ। ਇਹਨਾਂ ਨੂੰ ਕੀ ਲੋੜ ਸੀ ਪਈ ਪਰਿਵਾਰਾਂ ਨੂੰ ਤੰਗ ਕਰਨ ਦੀ, ਕੀ ਲੋੜ ਸੀਗੀ ਪਈ ਇੰਨੇ ਸਵੇਰੇ ਸਵੇਰੇ ਜਾ ਕੇ ਸਾਰੇ ਕਮਰੇ ਵਿੱਚ ਉਲਟ ਪੁਲਟ ਕਰਕੇ ਹਰ ਕੱਪੜਾ ਹਰ ਕੋਈ ਚੀਜ਼ ਜਿਹੜੀ ਚੀਜ਼ ਲੱਭਦੇ ਪੁੱਛ ਲੈਂਦੇ ਪਹਿਲਾਂ ਕੀ ਲੱਭਦੇ ਤੁਸੀਂ, ਕਿਉਂਕਿ ਅਮਰਪ੍ਰੀਤ ਸਿੰਘ ਤਾਂ ਸਾਡੇ ਵਰਗੇ ਅਸੀਂ ਤਾਂ ਸਿੱਧੀਆਂ ਗੱਲਾਂ ਕਰਦੇ ਪਏ, ਜਿਹੜਾ ਭਾਈ ਸਾਡਾ ਕੰਮ ਚੱਲਦਾ ਸੇਵਾ ਚੱਲਦੀ ਆ। ਨੈਸ਼ਨਲ ਇਨਵੈਸਟੀਗੇਸ਼ਨ ਟੀਮ ਨੇ ਖਾਲਸਾ ਏਡ ਦੇ ਵਿੱਚ ਕੁਛ ਪਾਇਆ ਨਹੀਂ ਪਾਇਆ ਕੀ ਹੈ ਇਹਦੇ ਬਾਰੇ ਨਾ ਤੇ NIA ਨੇ ਮੀਡੀਆ ਨਾਲ ਕੋਈ ਜਵਾਬ ਦਿੱਤੇ ਨੇ, ਔਰ ਬਾਕੀ ਜਿਹੜੀਆਂ ਡਿਟੇਲਸ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ NIA ਦੀ ਟੀਮ ਨੇ ਹੋਰ ਕਈ ਏਰੀਆਜ਼ ਦੇ ਵਿੱਚ ਜਿਹੜੇ ਹੈਗੇ ਜੀ ਉਹ ਵੀ ਉਹਨਾਂ ਨੇ ਛਾਪੇ ਮਾਰੇ ਨੇ। ਇੱਥੇ ਦੱਸ ਦਈਏ ਕਿ ਕੁਛ ਜਿਹੜੇ ਪੰਜਾਬ ਦੇ ਵਿੱਚ ਖਾਲਿਸਤਾਨੀ ਸਮਰਥਕ ਚਾਹੇ ਉਹ ਪੰਜਾਬ 'ਚ ਨੇ ਚਾਹੇ ਉਹ ਬਾਹਰ ਬੈਠੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ NIA ਦੁਆਰਾ ਛਾਪੇ ਮਾਰੇ ਗਏ ਨੇ। ਹਰਿਆਣੇ ਦੇ ਵਿੱਚ ਇੱਕ ਪਰਿਵਾਰ ਜੋ ਕਿ ਇਸ ਸਾਲ ਵਿਸਾਖੀ ਦੇ ਮੌਕੇ ਦੇ ਉੱਤੇ ਜੋ SGPC ਵਿਸਾਖੀ ਦੇ ਮੌਕੇ ਦੇ ਉੱਤੇ ਪਾਕਿਸਤਾਨ ਜਥੇ ਭੇਜਦੀ ਹੈ ਉਹਦੇ ਨਾਲ ਉਹ ਗਏ ਸੀਗੇ,
उन्होंने दस्या कि उन्होंने बेटा भी नाल गया सका और उन्होंने बेटे तो NIA ने इन्वेस्टिगेशन की। उन्होंने बेटे प्रभजोत सिंह यंग नौजवान का फोन भी NIA नाल लै गए और नाल ही उन्होंने दस्या कि उन्होंने दोबारा तो इसे हफ्ते दिल्ली NIA प्रभजोत सिंह उन्होंने पेश करने के हुक्म जारी किए गए हैं। परमजीत सिंह पम्मा जो कि लंबे समय तो खालिस्तान के सपोर्टर ने उन्होंने भी घर के जोड़े ने वो NIA द्वारा छापे मारे गए हैं। इस दरमियान NIA ने एक होर चार्जशीट फाइल की है जिस दे विच के NIA ने कहा है कि जिहड़े कुछ लोग वॉन्टेड ने और इसमें भारत तो बाहर भी कुछ लोग बैठे ने, कोई पाकिस्तान हो सकता है, कोई कैनेडा अमेरिका हो सकता है, सो उन्हां दे नाम जिहड़े आ वो भी NIA ने इस चार्जशीट दे विच जिहड़े ने वो दाखिल किए ने।